ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ NNR ਨਿਊਜ਼। ਪਿੰਡ ਕਾਲੀਆ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਆਗੂ ਜੱਗਾ ਕਾਲੀਆ, ਜਿਨ੍ਹਾਂ ਨੇ ਇਲਜ਼ਾਮ ਲਗਾਏ ਨੇ ਕਿ ਕੱਲ੍ਹ ਸ਼ਾਮ ਉਹ ਅਮਰਕੋਟ ਤੋਂ ਪਿੰਡ ਕਾਲੀਆ ਸਕੱਤਰਾ ਆਪਣੇ ਘਰ ਨੂੰ ਜਾ ਰਹੇ ਸਨ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਅਮਰਕੋਟ ਤੋਂ ਚੀਮਿਆਂ ਵੱਲ ਨੂੰ ਆ ਰਹੇ ਸਨ, ਤਕਰੀਬਨ ਚੀਮੇ ਅਤੇ ਪਿੰਡ ਅਮੀਰਕੇ ਦੀ ਹੱਦ 'ਤੇ ਪਹੁੰਚ ਕੇ ਤਿੰਨ ਨੌਜਵਾਨ ਅਮਰਕੋਟ ਵਾਲੇ ਪਾਸਿਓਂ ਹੀ ਆਏ ਨੇ ਅਤੇ ਉਹਨਾਂ ਦੇ ਮੋਟਰਸਾਈਕਲ ਦੇ ਨਾਲ ਆਪਦਾ ਮੋਟਰਸਾਈਕਲ ਰਲਾ ਕੇ ਇੱਕ ਨੌਜਵਾਨ ਨੇ ਉਹਨਾਂ ਨੂੰ ਹੱਥ ਮਾਰ ਕੇ ਉਹਨਾਂ ਦਾ ਪਰਨਾ ਜਿਹੜਾ ਲਾ ਦਿੱਤਾ ਹੈ ਅਤੇ ਦੂਜਾ ਨੌਜਵਾਨ ਜਦੋਂ ਵੀ ਇੱਕ ਪਿਸਟਲ ਦੇ ਨਾਲ ਉਹਨਾਂ ਨੂੰ ਗੋਲੀ ਮਾਰ ਲੱਗਾ ਅਤੇ ਅਚਾਨਕ ਜੱਗਾ ਕਾਲੀਆ ਨੇ ਉਹਦਾ ਹੱਥ ਜਿਹੜਾ ਹੈ ਫੜ ਕੇ ਤਾਣੂ ਕਰ ਦਿੱਤਾ ਹੈ ਅਤੇ ਹਵਾਈ ਫਾਇਰ ਜਿਹੜਾ ਹੋ ਗਿਆ ਹੈ। ਉੱਥੇ ਦੇ ਲੋਕ ਜਿਹੜੇ ਨੇ, ਜਿਨ੍ਹਾਂ ਦੀਆਂ ਨਜ਼ਦੀਕ ਬਾਈਕਾਂ ਨੇ, ਉਹਨਾਂ ਦੇ ਵੀ ਬਿਆਨ ਤੁਹਾਨੂੰ ਇਸ ਤੋਂ ਅੱਗੇ ਜਾ ਕੇ ਸੁਣਾਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ, ਫਾਇਰ ਹੋਇਆ ਜਾਂ ਨਹੀਂ ਹੋਇਆ। ਇਸ 'ਤੇ ਇੱਕ ਵੱਖਰਾ ਇੱਕ ਜਿਹੜਾ ਮੁੱਦਾ ਹੈ ਉਹ ਬਣਿਆ ਹੋਇਆ, ਪਰ ਜੱਗਾ ਕਾਲੀਆ ਇਹ ਪੁਸ਼ਟੀ ਨਾਲ ਗੱਲ ਕਹਿ ਰਹੇ ਨੇ ਕਿ ਗੋਲੀ ਜਿਹੜੀ ਆ ਉਹਨਾਂ ਵੱਲੋਂ ਚਲਾਈ ਗਈ ਹੈ। ਉਸ ਤੋਂ ਬਾਅਦ ਪਿੱਛੋਂ ਜਿਹੜੀ ਅਮਰਕੋਟ ਵਾਲੇ ਪਾਸਿਓਂ ਹੀ ਕਾਰ ਆ ਰਹੀ ਸੀ ਅਤੇ ਉਹਨਾਂ ਦਾ ਕਹਿਣਾ ਕਿ ਕਾਰ ਨੂੰ ਵੇਖ ਕੇ ਉਹ ਤਿੰਨੇ ਨੌਜਵਾਨ ਭੱਜ ਗਏ ਨੇ, ਸਿੱਧਾ ਖੇਮਕਰਨ ਵਾਲੀ ਸੜਕ ਨੂੰ ਜਿਹੜਾ ਉਹ ਭੱਜ ਕੇ ਗਏ ਨੇ। ਉਸ ਤੋਂ ਬਾਅਦ ਉਹ ਹਰਜੀਤ ਸਿੰਘ ਕਾਲੀਆ, ਜੋ ਕਿ ਪਿੰਡ ਕਾਲੀਏ ਦੇ ਸਰਪੰਚ ਨੇ, ਜੱਗਾ ਕਾਲੀਆ ਉਹਨਾਂ ਨੂੰ ਕੌਲ ਕਰਦੇ ਨੇ। ਪੁਲਿਸ ਵੀ ਉਸ ਥਾਂ 'ਤੇ ਆਉਂਦੀ ਹੈ ਅਤੇ ਜੱਗਾ ਕਾਲੀਆ ਇੱਕ ਨਜ਼ਦੀਕ ਜਿਹੜੀ ਹਵੇਲੀ ਪੈਂਦੀ ਹੈ ਉਸ 'ਤੇ ਚਲੇ ਜਾਂਦੇ ਨੇ। ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ, ASI ਬਲਵਿੰਦਰ ਸਿੰਘ ਦੁੱਬਲੀ ਉਹਨਾਂ ਦਾ ਕੀ ਕਹਿਣਾ ਅਤੇ ਜੱਗਾ ਕਾਲੀਆ ਦਾ ਕੀ ਕਹਿਣਾ, ਵੇਖੋ ਇਸ ਰਿਪੋਰਟ ਦੇ ਵਿੱਚ। ਹਾਂਜੀ ਵੀਰ ਜੀ, ਕੀ ਨਾਂ ਅਤੇ ਕਿਹੜਾ ਪਿੰਡ ਜੀ ਆਪਣਾ? ਮੇਰਾ ਨਾਮ ਵੀਰ ਜੀ ਜੱਗਾ ਕਾਲੀਆ ਭਾਅ ਜੀ। ਪਿੰਡ ਕਿਹੜਾ? ਪਿੰਡ ਭਾਅ ਜੀ ਕਾਲੀਆ, ਜਗਵਿੰਦਰ ਸਿੰਘ ਜੱਗਾ ਕਾਲੀਆ। ਭਾਅ ਜੀ ਇੰਝ ਆ ਵੀ ਕੱਲ੍ਹ ਜੋ ਘਟਨਾਕ੍ਰਮ ਹੋਇਆ, ਗੋਲੀ ਚੱਲੀ, ਤੁਸੀਂ ਕਿਹਾ ਤੁਹਾਡੇ 'ਤੇ, ਅਤੇ ਕੀ ਘਟਨਾਕ੍ਰਮ ਸਾਰਾ ਹੋਇਆ, ਕੀ ਗੱਲਬਾਤ ਹੋਈ? ਭਾਅ ਜੀ ਬੇਨਤੀ ਇਸ ਤਰ੍ਹਾਂ ਵੀ ਮੈਂ ਅਮਰਕੋਟ ਤੋਂ ਭਾਅ ਜੀ ਮਤਲਬ ਆਉਣ ਡੱਠਾ, ਅਤੇ ਭਾਅ ਜੀ ਅਮਰਕੋਟ ਤੋਂ ਮੈਂ ਵਾਹਵਾ ਹੀ ਮਤਲਬ ਗਾਂ ਅੱਗੇ ਆ ਗਿਆ। ਅੱਛਾ ਜੀ। ਉੱਥੇ ਵੀ ਜੀ ਮੈਂ ਆਪਦੇ ਮੋਟਰਸਾਈਕਲ 'ਤੇ ਮਤਲਬ ਜਾਣ ਡੱਠਾ, ਅਤੇ ਤਿੰਨ ਵੀਰ ਆਏ ਆ, ਮਤਲਬ ਉਹ ਵੀ ਜੀ ਮਤਲਬ ਉਹ ਕਿਹੜੇ ਪਾਸੇ ਆਏ ਆ? ਉਹ ਵੀ ਜੀ ਅਮਰਕੋਟ ਵਾਲੇ ਬੰਨੇ ਹੋਏ। ਅੱਛਾ ਜੀ, ਤੁਸੀਂ ਅਮਰਕੋਟ ਤੋਂ ਇੱਧਰ ਚੀਮਿਆਂ ਵਾਲੇ ਪਾਸੇ ਨੂੰ ਆਉਂਦੇ? ਜੀ। ਉਹ ਵੀ ਜੀ ਪਿੱਛੋਂ ਮਤਲਬ ਉੱਠਿਆ। ਅੱਛਾ। ਤਿੰਨ ਜਾਣੇ ਭਾਅ ਜੀ, ਅਤੇ ਮਤਲਬ ਦੋ ਸਿੱਖ ਆ, ਮਤਲਬ ਪਰਨੇ ਬੱਧੇ ਆ, ਅਤੇ ਇੱਕ ਮੋਨਾ ਜੀ। ਉਹਨਾਂ ਨੇ ਭਾਅ ਜੀ ਕਾਲੇ ਪਰਨੇ ਨਾਲ ਮਤਲਬ ਲੋਪ ਕੀਤਾ ਸਾਰਾ ਮੂੰਹ, ਮਤਲਬ ਉਹਨਾਂ ਨੇ ਬੰਦ ਕੀਤਾ ਆਪਦਾ, ਮਤਲਬ ਬੇ ਪਛਾਣ 'ਚ ਨਹੀਂ ਭਾਅ ਜੀ ਉਹਨਾਂ ਜੀ ਮੂੰਹ। ਉਹਨਾਂ ਵੀ ਜੀ ਜਿਹੜੇ ਮੈਨੂੰ ਮਤਲਬ ਆਣ ਕੇ ਮੇਰੇ ਫੈਰਿੰਗ ਜਿੰਨਾ ਸਰ ਕੀਤੀ, ਉਹ ਉਹਨਾਂ ਨੇ ਮੂੰਹ ਤਿੰਨਾਂ ਨੇ ਬੱਧੇ ਵੀ ਜੀ, ਦੋ ਮਤਲਬ ਸਿੱਖ ਇੱਕ ਭਾਅ ਜੀ ਮੁੰਡਾ। ਭਾਅ ਜੀ ਮੈਂ ਮਤਲਬ ਆਪਦੇ ਚਾਲੇ ਵੱਲ ਤੁਰਿਆ ਹੋਣਾ 30-35 ਦੇ, ਅਤੇ ਉਹਨਾਂ ਨੇ ਵੀ ਮੇਰੇ ਪਿੱਛੇ ਨਹੀਂ, ਮੈਂ ਮਤਲਬ ਭਾਅ ਜੀ ਵੇਖਿਆ ਜਦੋਂ ਭਾਅ ਜੀ ਮੇਰੇ ਸਾਈਡ 'ਤੇ ਆਏ ਨਾ, ਜਿਹੜੇ ਹੱਥ ਮੈਂ ਉਠਾ ਉਹਦੇ ਸਾਈਡ 'ਤੇ ਆ ਗਏ। ਹਾਂਜੀ ਹਾਂਜੀ, ਇੱਕ ਨੇ ਭਾਅ ਜੀ ਮੇਰੇ ਪਰਨੇ ਨੂੰ ਹੱਥ ਪਾਇਆ ਮਤਲਬ, ਅਤੇ ਜਿਹੜਾ ਮਤਲਬ ਪਿੱਛੇ ਬੈਠਾ ਉਹਨੇ ਮੇਰੇ ਪਰਨੇ ਨੂੰ ਹੱਥ ਪਾਇਆ, ਅਤੇ ਜਿਹੜਾ ਭਾਅ ਜੀ ਮਤਲਬ ਵਿੱਚ ਘਰ ਬੈਠਾ ਅਤੇ ਉਹਨੇ ਪਿਸਤੌਲ ਕੀਤਾ ਜੀ ਜੀ ਭਾਅ ਜੀ। ਫਿਰ ਭਾਅ ਜੀ ਜਦੋਂ ਐਂ ਗੱਲ ਕਰਾਂ, ਮੈਂ ਭਾਅ ਜੀ ਹੱਥ ਰਾ ਮਤਲਬ ਤਾਂ ਕੀਤਾ ਪਿਸਤੌਲ, ਅਤੇ ਇੱਕ ਫਾਇਲ ਹੋ ਗਿਆ, ਵਾਈ ਫਾਇਲ ਹੋ ਗਿਆ। ਹਾਂਜੀ, ਉਸ ਤੋਂ ਬਾਅਦ ਭਾਅ ਜੀ ਇੱਕ ਪਿੱਛੋਂ ਮੋਟਰਸਾਈਕਲ ਆਉਣ ਡੱਠਾ। ਹਾਂਜੀ ਭਾਅ ਜੀ, ਨਹੀਂ ਭਾਅ ਜੀ ਮੈਂ ਡਿੱਗਾ ਨਹੀਂ। ਇੱਕ ਭਾਅ ਜੀ ਪਿੱਛੋਂ ਆਉਣ ਡੱਠਾ, ਇਹ ਮਤਲਬ ਵੀਰ ਆਉਣ ਡੱਠਾ ਮੋਟਰਸਾਈਕਲ 'ਤੇ, ਉਹ ਜਦੋਂ ਮਾੜਾ ਸਾਡਾ ਰੜੋ ਰੱਪਾ ਸੁਣ ਕੇ ਅਤੇ ਉਸੇ ਵੇਲੇ ਹੀ ਮਤਲਬ ਪਿਛਾਂਹ ਮੁੜ ਗਿਆ। ਹਾਂਜੀ, ਇੱਕ ਵੀ ਜੀ ਤੇਜ਼ ਮਗਰ ਗੱਡੀ ਆਉਣ ਡੱਠੀ, ਜਦੋਂ ਉਹਦੀਆਂ ਭਾਅ ਜੀ ਮਤਲਬ ਲਾਈਟਾਂ ਵੱਜੀਆਂ ਨਾ, ਉਹ ਵੇਖ ਕੇ ਅਤੇ ਮਤਲਬ ਉਹ ਬੰਦੇ ਭੱਜ ਗਏ ਜੀ ਜੀ ਭਾਅ ਜੀ। ਅਤੇ ਜਦੋਂ ਵੀ ਜੀ ਮਤਲਬ ਲਾਈਟਾਂ ਵੱਜੀਆਂ, ਉਹ ਮਤਲਬ ਵੇਖ ਕੇ ਮਤਲਬ ਚੀਮਿਆਂ ਨੂੰ ਹੋ ਗਏ, ਅਤੇ ਮੈਂ ਵੀ ਜੀ ਮੇਰਾ ਵੈਸੇ ਮੋਟਰਸਾਈਕਲ ਉੱਥੇ ਡਿੱਪਿਆ, ਮੈਂ ਵੀ ਜੀ ਇੱਕ ਲਾਗੇ ਬਹਿ ਗਿਆ ਮਤਲਬ ਵੀਰ ਦੀ, ਉਹਨੂੰ ਮਤਲਬ ਮੈਂ ਇਹ ਵੀ ਜੀ 3 ਕਿਲੇ 3.25 ਕਿਲੇ ਹੋਣੀ। ਹਾਂਜੀ ਹਾਂਜੀ ਵੀਰ ਜੀ, ਮੈਂ ਮਤਲਬ ਕਿ ਉੱਥੇ ਜਾ ਕੇ ਮਤਲਬ ਆਪਣਾ ਵੀਰ ਅਰਜੀਤ ਸਿੰਘ ਕਾਲੀਆ ਉਹਨੂੰ ਫੋਨ ਲਿਆ ਵੀ ਮੇਰੇ ਨਾਲ ਚਾਂਸ ਹੋ ਗਿਆ। ਇਹ ਵੀ ਜੀ ਮੈਂ ਅਰਜੀਤ ਸਿੰਘ ਨੂੰ ਜਦੋਂ ਫੋਨ ਕੀਤਾ, ਅਰਜੀਤ ਸਿੰਘ ਨੇ ਮੈਂ ਨਾ ਫੋਨ ਕਰਤਾ ਹੈ। ਹਾਂਜੀ,
ਉਦੋਂ ਭਾਅ ਜੀ ਕੋਈ 15 ਮਿੰਟਾਂ ਤੋਂ ਪਹਿਲੇ ਪੁਲਿਸ ਆ ਗਈ ਉੱਥੇ ਜੀ ਭਾਅ ਜੀ ਅੱਜ ਮੁਕੱਦਮਾ ਦਰਜ ਤੁਸੀਂ ਕਰਾ ਕੇ ਆਏ ਜੀ ਅਣ ਪਛਾਤਿਆਂ ਦਾ ਪਰਚਾ ਆਇਆ ਪਛਾਣ ਹੈ ਸੀ ਤੁਹਾਨੂੰ ਕਿਸੇ ਦੀ ਨਹੀਂ ਭਾਅ ਜੀ ਪਛਾਣ ਨਹੀਂ ਨਹੀਂ ਕਦੀ ਇਹਨਾਂ ਬੰਦਿਆਂ ਨੂੰ ਇਸ ਤਰੀਕੇ ਨਾਲ ਤੁਸੀਂ ਮਿਲੇ ਹੋ ਨਹੀਂ ਭਾਅ ਜੀ ਮੈਂ ਨਹੀਂ ਮਤਲਬ ਕਿਉਂ ਤੁਹਾਨੂੰ ਲੱਗਦਾ ਤੁਹਾਡੀ ਜਾਨ ਨੂੰ ਕਿਸ ਗੱਲ ਦਾ ਖਤਰਾ ਕੀ ਗੱਲ ਹੈ ਵੇਖੋ ਭਾਅ ਜੀ ਹੁਣ ਕੁਝ ਕਹਿ ਨਹੀਂ ਸਕਦੇ ਆਪਾਂ ਤਾਂ ਅੱਛਾ ਵੀ ਆਪਾਂ ਤਾਂ ਕਦੀ ਕਿਸੇ ਦਾ ਕੋਈ ਮਤਲਬ ਮਾੜਾ ਨਹੀਂ ਕੀਤਾ ਕੁਝ ਕਹਿ ਨਹੀਂ ਸਕਦੇ ਪਰ ਕਿਹਾ ਜਾਂਦਾ ਹੈ ਕਿ ਸਰਪੰਚ ਦੀਆਂ ਇਲੈਕਸ਼ਨਾਂ 'ਚ ਵੀ ਤੁਸੀਂ ਐਕਟਿਵ ਜੇ ਹੋਣ ਵਾਲੇ ਹੋ ਅਤੇ ਇਸੇ ਕਰਕੇ ਤੁਹਾਨੂੰ ਲੱਗਦਾ ਕਿ ਪੋਲੀਟੀਕਲੀ ਸਟੰਟ ਵੀ ਹੋ ਸਕਦਾ ਹਾਂ ਸਰ ਹੋ ਸਕਦਾ ਅੱਛਾ ਜੀ ਇਹ ਰਾਜਨੀਤਿਕ ਬੰਦੇ ਤੋਂ ਖਤਰਾ ਤੁਹਾਨੂੰ ਹੋਵੇ ਸਰ ਕੁਝ ਕਹਿਣ ਜਾਂਦੇ ਜਦੋਂ ਸਾਰਾ ਕੁਝ ਸਾਹਮਣੇ ਆਊ ਆਪਾਂ ਮਤਲਬ ਅੱਖਾਂ ਨਾਲ ਪਤਾ ਲੱਗੂ ਵੀ ਆਹ ਵੀਰ ਮਤਲਬ ਪਛਾਣਿਆ ਜੂ ਫਿਰ ਉਹਦਾ ਚਲੋ ਉਸ ਵੱਲੋਂ ਕੀ ਕਿਹਾ ਗਿਆ ਜੀ ਉਹਨਾਂ ਸਰ ਮਤਲਬ ਕਾਰਵਾਈ ਕਰਤੀ ਆ ਅੱਛਾ ਹਾਂਜੀ ਹਾਂਜੀ ਉਹਨਾਂ ਮਤਲਬ ਪਰਚਾ ਕਰਤਾ ਅੱਛਾ ਇਹ ਐਸਆਈ ਦੇ ਕੋਲ ਇਹ ਸਾਰਾ ਦੁਬਲੀ ਸਾਹਿਬ ਕੋਲ ਸਰ ਜੀ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰ ਮੰਗੇ ਹੋਈ ਮਤਲਬ ਇਹ ਵੇਖੋ ਮੇਰੀ ਮਤਲਬ ਜਾਨ ਨੂੰ ਖਤਰਾ ਇਹ ਗੱਲਾਂ ਮੈਨੂੰ ਪਏ ਠੀਕ ਨਹੀਂ ਭਾਈ ਲੱਗਿਆ ਚਲੋ ਮੈਂ ਤਾਂ ਆਪਦੇ ਤਰੀਕੇ ਨਾਲ ਹੁਣ ਡਠਾਂ ਤੇ ਤੁਹਾਡੇ ਨਾਲ ਇਸ ਤੋਂ ਪਹਿਲਾਂ ਵੀ ਕੋਈ ਇਹੋ ਜੀ ਘਟਨਾ ਹੋਈ ਹੈ ਭਾਈ ਨਹੀਂ ਸਰ ਨਹੀਂ ਹੋਈ ਅੱਛਾ ਤੁਹਾਡਾ ਕਿਸੇ ਨਾਲ ਕੋਈ ਝਗੜਾ ਕੋ ਵੈਰ ਵਿਰੋਧ ਨਹੀਂ ਭਾਜੀ ਕੋਈ ਮੇਰੇ ਮਨ ਚ ਤਾਂ ਕੋਈ ਗੱਲ ਨਹੀਂ ਹੋ ਜੀਗੀ ਹਾਂਜੀ ਠੀਕ ਹੈ ਹਾਂਜੀ ਵੀਰੇ ਓਕੇ ਵੀਰੇ ਹਾਂਜੀ ਸਰ ਅੱਜ ਜਗਵਿੰਦਰ ਸਿੰਘ ਉਰਫ ਜੱਗਾ ਕਾਲੀਆ ਵੱਲੋਂ ਜਿਹੜਾ ਇਹ ਮੁਕੱਦਮਾ ਦਰਜ ਕਰਵਾਇਆ ਗਿਆ ਕੀ ਘਟਨਾਕ੍ਰਮ ਹੋਇਆ ਕੀ ਗੱਲ ਹੋਈ ਸਰ ਇਹ ਜੀ ਸਾਨੂੰ ਜਗਵਿੰਦਰ ਸਿੰਘ ਜੱਗਾ ਪੁੱਤਰ ਨੂਪ ਸਿੰਘ ਵਾਸੀ ਪਿੰਡ ਕਾਲੀਆ ਨੇ ਤਲਾਹ ਦਿੱਤੀ ਆ ਕਿ ਕੱਲ੍ਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਲੀਆ ਨੂੰ ਜਾ ਰਿਹਾ ਸੀ ਇਸ ਵਕਤ ਕਰੀਬ 8 ਵਜੇ ਰਾਤ ਨੂੰ ਜਦੋਂ ਜਿਵੇਂ ਪਿੰਡ ਦੇ ਲਾਗੇ ਪੁੱਜਾ ਤਾਂ ਉੱਥੇ ਅਣਛੱਤੇ ਵਿਅਕਤੀਆਂ ਨੇ ਉਹਨੂੰ ਰੋਕ ਕੇ ਉਹਨੂੰ ਡਰਾਵਾ ਦਿੱਤਾ ਪਿਸਤੌਲ ਦਾ ਅਤੇ ਮੁੜ ਕੇ ਹਵਾਈ ਫਾਇਰ ਕੀਤਾ ਜੀ ਸਰ ਇਹ ਤਾਂ ਕੀ ਕਾਰਨ ਕਹਿੰਦੇ ਹੋ ਕਿਉਂਕਿ ਹਵਾਈ ਫਾਇਰ ਕਰਨ ਦਾ ਕੋਈ ਕੀ ਮਤਲਬ ਹੋ ਸਕਦਾ ਨਾ ਲੁੱਟ ਖੋਈ ਹੋਈ ਹੈ ਨਾ ਇਹਦੇ ਸੰਬੰਧ 'ਚ ਅਸੀਂ ਤਫਤੀਸ਼ ਕਰ ਰਹੇ ਹਾਂ ਮੁਕਰਮਾ ਨੰਬਰ ਹੈਗਾ ਵਾ 89 ਮਿਤੀ 22/7/23 ਜੁਰਮ 336 341 506 34 IPC 25069 ਦਰਜ ਕੀਤਾ ਵਾ ਇਹ ਗੱਲ ਕੀਤੀ ਜਾਵਾਂਗੇ ਨਹੀਂ ਇਹਦੇ ਵਿੱਚ ਕਿਸੇ ਦੇ ਖਿਲਾਫ ਇਹਨੇ ਕੋਈ ਬਿਆਨ ਨਹੀਂ ਲਿਖਾਇਆ ਅਣਛੱਤੇ ਦੇ ਬੰਦਿਆਂ ਨੇ ਖਿਲਾਫ ਲਿਖਾਇਆ ਵਾ ਵੈਸੇ ਇਹ ਆਮ ਆਦਮੀ ਪਾਰਟੀ ਵੱਲੋਂ ਜਾਂ ਆਉਣ ਵਾਲੀ ਸਰਪੰਚੀ ਇਲੈਕਸ਼ਨ ਵਿੱਚ ਉਮੀਦਵਾਰ ਆਪਦੇ ਆਪ ਨੂੰ ਦੱਸਦਾ ਵਾ ਮੈਂ ਉਮੀਦਵਾਰ ਹਾਂ ਅਤੇ ਕੋਈ ਹੋ ਸਕਦੀ ਗੱਲ ਤਬਦੀਲ ਲਿਆਵਾਂਗੇ ਸਾਹਮਣੇ ਕੋਈ ਵੀ ਤਬਦੀਲ ਦੌਰਾਨ ਜੋ ਗੱਲ ਸਾਹਮਣੇ ਆਊਗੀ ਤਬਦੀਲ ਦੌਰਾਨ ਆਵੇਗੀ ਸਰ ਗਵਾਹਾਂ ਵੱਲੋਂ ਕੋਈ ਕਿਹਾ ਗਿਆ ਅਜੇ ਗਵਾਹ ਇਹਦੇ ਬਾਰੇ ਕੋਈ ਨਹੀਂ ਸਾਹਮਣੇ ਆ ਓਕੇ ਹਾਂਜੀ ਵੀਰ ਜੀ ਕੀ ਨਾਂ ਅਤੇ ਕਿਹੜਾ ਪਿੰਡ ਤੁਹਾਡਾ ਅਮਰੀਕ ਸਿੰਘ ਪਿੰਡ ਜੀ ਵੀਰ ਜੀ ਰਾਤ ਇੱਥੇ ਘਟਨਾਕ੍ਰਮ ਹੋਇਆ ਸੀ ਜਿਹੜਾ ਕਿ ਜੱਗਾ ਕਾਲੀਆ ਕਹਿ ਰਹੇ ਨੇ ਕਿ ਇੱਥੇ ਮੰਨ ਲਓ ਉਹਨਾਂ ਬੰਦੇ ਬੰਦੇ ਪਿਆ ਕੀ ਹਿਸਾਬ ਹੋਇਆ ਕੀ ਗੱਲ ਹੋਈ ਇੱਥੇ ਵੀਰ ਜੀ ਸਾਡੇ ਕੋਲ ਆਇਆ 8:15 ਦੇ ਕਰੀਬ ਸੀ ਅੱਛਾ ਜੀ ਅਤੇ ਸਾਨੂੰ ਆਉਂਦਾ ਵੀ ਮੈਨੂੰ ਬੰਦੇ ਪਏ ਪਤਾ ਨਹੀਂ ਪਏ ਕਿ ਨਹੀਂ ਪਏ ਸਾਡੇ ਤੋਂ ਪਾਣੀ ਪੀ ਕੇ ਅਤੇ ਚਲੇ ਅੱਛਾ ਮੰਨ ਲਓ ਆ ਕੇ ਬੂਹਾ ਬਾਹਾ ਖੜਕਾਇਆ ਬੂਹਾ ਖੜਕਾਇਆ ਹੈ ਅਤੇ ਇਹਨਾਂ ਆਵਾਜ਼ ਦਿੱਤੀ ਇਹਨਾਂ ਹੀ ਆਉਣੇ ਤੁਰੇ ਅਤੇ ਮੁੜ ਕੇ ਉਹ ਦਿੱਕੇ ਬੂਹੇ ਹੋ ਗਿਆ ਅਤੇ ਭੱਜ ਕੇ ਘਰੇ ਵੜ ਗਿਆ ਅਤੇ ਪਾਣੀ ਪਿਆ ਦਿੱਤਾ ਅਤੇ ਬਸ ਮੁੜ ਕੇ ਉਹਨੇ ਜਿਹਨੂੰ ਇਹਦੇ ਸਾਥੀ ਮਗਰ ਲਿਆ ਕੇ ਗੱਭਰੂ ਨਹੀਂ ਪਾ ਇੰਨੀ ਐਰੋ ਵੱਲ ਅਤੇ ਕੋਈ ਫੈਰ ਫੁਰ ਦੀ ਬਾਤ ਸੁਣੀ ਹਾਂ ਨਹੀਂ ਕੋਈ ਫੈਰ ਦੀ ਬਾਤ ਠੀਕ ਬਾਜੀ 8 ਦਾ ਟਾਈਮ ਸੀ ਬਸ ਠੀਕ